ਹੈਲੋ एवरीवन ਇਹ ਕਟਿੰਗ ਐਂਡ ਪੇਸਟਿੰਗ ਟਾਪਿਕ ਤੇ ਵੀਡੀਓ ਹੈ ਜੋ ਕਿ ਤੁਹਾਡੀ ਬੀਅਰ ਫਰਸਟ ਸੈਮੈਸਟਰ ਦੇ ਸਿੰਪਲ ਐਕਸਪ੍ਰੈਸ਼ਨਲ ਜਿਹੜਾ ਪ੍ਰੈਕਟੀਕਲ ਹੁੰਦਾ ਉਹਦੇ ਵਿੱਚ ਤੁਸੀਂ ਇਹ ਜਿਹੜੀਆਂ ਦੋ ਜਿਹੜੀਆਂ ਸ਼ੀਟਾਂ ਤਿਆਰ ਕਰਨੀਆਂ ਹੁੰਦੀਆਂ ਨੇ ਆਪਣੀ ਟੀਚਿੰਗ ਸਬਜੈਕਟ ਦੇ ਨਾਲ ਸੰਬੰਧਿਤ ਇਹ ਦੋ ਜੋ ਮੈਂ ਤੁਹਾਨੂੰ ਸੈਂਪਲ ਦਿਖਾ ਰਹੀਆਂ ਐ ਐਸਐਸ ਤੇ ਪੰਜਾਬੀ ਦੇ ਸਬਜੈਕਟ ਦੇ ਨਾਲ ਸੰਬੰਧਿਤ ਐ ਇਹਦੇ ਵਿੱਚ ਕੀ ਕੀਤਾ ਗਿਆ ਕਿ ਮਾਰਕੀਟ ਦੇ ਵਿੱਚੋਂ ਤੁਹਾਨੂੰ ਇਦਾਂ ਦੇ ਜਿਹੜੇ ਆ ਸ਼ੀਟਸ ਮਿਲ ਜਾਂਦੀਆਂ ਨੇ ਏ 4 ਉਹ ਜਾਂ 5 ਰੁਪੀਸ ਦੇ ਹੀ ਹੁੰਦੇ ਗਏ ਨੇ ਕੋਈ ਜ਼ਿਆਦਾ ਮਹਿੰਗੀਆਂ ਨਹੀਂ ਹੁੰਦੀਆਂ ਗੀਆਂ ਤਾਂ ਤੁਸੀਂ ਇਹਨਾਂ ਨੂੰ ਮਾਰਕੀਟ ਦੇ ਵਿੱਚੋਂ ਖਰੀਦ ਸਕਦੇ ਹੋ ਤੁਸੀਂ ਆਪਣੇ ਸਬਜੈਕਟ ਦੇ ਨਾਲ ਸੰਬੰਧਿਤ ਖਰੀਦੋਗੇ ਜੇਕਰ ਮੈਥ ਥਲੇ ਬੱਚਾ ਤੇ ਮੈਥ ਵਾਲੀਆਂ ਲੈਣਗੀਆਂ ਹਿਸਟਰੀ ਵਾਲੇ ਤੇ ਹਿਸਟਰੀ ਵਾਲੇ ਪੰਜਾਬੀ ਵਾਲੇ ਪੰਜਾਬੀ ਨਾਲ ਸੰਬੰਧ ਲੈਣਗੇ ਐਸਐਸ ਵਾਲੇ ਐਸਐਸ ਨਾਲ ਸੰਬੰਧ ਲੈਣਗੇ ਇੰਗਲਿਸ਼ ਵਾਲੇ ਇੰਗਲਿਸ਼ ਸਬਜੈਕਟ ਦੇ ਨਾਲ ਸੰਬੰਧਿਤੀਆਂ ਲੈਣਗੇ ਜੋ ਵੀ ਉਹਨਾਂ ਦੇ ਵਿੱਚ ਲੈਸਨ ਹੁੰਦੇ ਉਹਨਾਂ ਦੇ ਅਕੋਰਡਿੰਗ ਲੈ ਸਾਡੇ ਗ੍ਰਾਮਰ ਦੇ ਨਾਲ ਸੰਬੰਧਿਤ ਲੈ ਸਕਦੇ ਆ ਠੀਕ ਹੈ ਇਦਾਂ ਦੀਆਂ ਤੁਹਾਨੂੰ ਸ਼ੀਟ ਮਿਲ ਜਾਣਗੀਆਂ ਮਾਰਕੀਟ ਦੇ ਵਿੱਚ ਜਰੂਰੀ ਨਹੀਂ ਤੁਸੀਂ ਇਦਾਂ ਦੀਆਂ ਜਿਹੜੀਆਂ ਜਿਹੜੀਆਂ ਸ਼ੀਟਸ ਐ ਉਹਨਾਂ ਨੂੰ ਹੀ ਤੁਸੀਂ ਪੇਸਟ ਕਰਨਾ ਆਪਣੀ ਡਰਾਇੰਗ ਸ਼ੀਟ ਤੇ ਤੁਸੀਂ ਖੁਦ ਵੀ ਆਪਣੇ ਸਕਿੱਲ ਦੇ ਅਕੋਰਡਿੰਗ ਖੁਦ ਵੀ ਬਣਾ ਸਕਦੇ ਹੋ ਤੁਹਾਡੇ ਮਾਈਂਡ ਦੇ ਵਿੱਚ ਵੀ ਆਈਡੀਆ ਕੋਈ ਹੋ ਸਕਦਾ ਹੋ ਸਕਦਾ ਇਹ ਤੋਂ ਬੈਸਟ ਆਈਡੀਆ ਹੀ ਹੋਵੇ ਤਾਂ ਤੁਸੀਂ ਕੋਈ ਵੀ ਜਿਹੜਾ ਆਪਦਾ ਆਈਡੀਆ ਹੈ ਆਪਣੇ ਆਪਣੇ ਮਾਈਂਡ ਦੇ ਅਕੋਰਡਿੰਗ ਤੁਸੀਂ ਹੁੰਦਾ ਜਿਹੜਾ ਯੂਜ਼ ਹੈ ਉਹਦਾ ਕਰ ਸਕਦੇ ਹੋ ਕੁਝ ਬਣਾ ਸਕ ਕੇ ਉਹਨੂੰ ਕੱਟ ਕੇ ਤੁਸੀਂ ਉਹਨੂੰ ਵੀ ਲਗਾ ਪੇਸਟ ਕਰ ਸਕਦੇ ਹੋ ਆਪਣੀ ਡਰਾਇੰਗ ਫਾਈਲ ਤੇ ਦੋ ਤੁਹਾਡੇ ਤੇ ਡਿਪੈਂਡ ਕਰਦਾ ਇਹ ਤੇ ਸਿਰਫ ਇੱਕ ਤੁਹਾਨੂੰ ਜਾਣਕਾਰੀ ਦੇਣ ਲਈ ਤੁਹਾਡੀ ਹੈਲਪ ਦੇ ਲਈ ਹੈ ਕਿ ਇਦਾਂ ਵੀ ਇਦਾਂ ਤੁਸੀਂ ਬਣਾਉਣਾ ਹੁੰਦਾ ਹੈ ਇਹ ਸ਼ੀਟ ਮਿਲ ਜਾਂਦੀ ਹੈ ਦੇਖ ਸਕਦੇ ਹੋ ਇਹ ਸਾਡੀ ਸ਼ੀਟ ਹੈ ਤਾਂ ਇਹ ਹੈ ਕਿ ਸੀਐਸਐਸ ਵਿੱਚ ਮੈਂ ਇਹ ਇੰਡਿਕ ਕੀ ਹੈ ਹਿਸਟੋਰੀਕਲ ਜਿਹੜੀਆਂ ਪਲੇਸਸ ਦੇ ਬਾਰੇ ਦੇ ਵਿੱਚ ਹੈ ਜੋ ਇੰਡੀਆ ਦੇ ਵਿੱਚ ਨੇ ਇਹ ਜਿਹੜੀਆਂ ਸਾਰੀਆਂ ਸਟੋਰੀਕਲ ਇਤਿਹਾਸਿਕ ਇਮਾਰਤਾਂ ਨੇ ਉਸ ਤੋਂ ਬਾਅਦ ਪੰਜਾਬੀ ਸਭਿਆਚਾਰ ਦੇ ਨੇ ਪੰਜਾਬੀ ਸਭਿਆਚਾਰ ਤੇ ਵੀ ਇਸੇ ਤਰ੍ਹਾਂ ਦੇ ਨਾਲ ਹੀ ਸੀ ਇੱਕ ਜਿਹੜੀ ਸ਼ੀਟ ਸੀ ਕੋਗੀ ਪੰਜਾਬੀ ਸਬਜੈਕਟ ਦੇ ਨਾਲ ਸੰਬੰਧਿਤ ਸੀ ਬੱਚਿਆਂ ਦੀ ਤਾਂ ਕੀ ਕੀਤਾ ਗਿਆ ਇਹਦੇ ਵਿੱਚ ਵੀ ਉਹ ਸ਼ੀਟ ਲੈਣ ਦੀ ਤਾਂ ਉਹਨੂੰ ਜਿਹੜਾ ਛੋਟੇ ਛੋਟੇ ਡੈਡ ਟੁਕੜਿਆਂ ਦੇ ਵਿੱਚ ਉਹਨੂੰ ਜਿਹੜਾ ਕੱਟ ਦਿੱਤਾ ਗਿਆ ਤੁਸੀਂ ਆ ਦੇਖ ਸਕਦੇ ਹੋ ਸਕਰੀਨ ਦੇ ਨੂੰ ਕੀ ਕੀਤਾ ਗਿਆ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਇੱਕ ਜਿਹੜੀ ਸ਼ੀਟ ਤੇ ਉਹਨੂੰ ਜਿਹੜਾ ਕੱਟ ਦਿੱਤਾ ਗਿਆ ਇਹਨੂੰ ਕੱਟਣ ਤੋਂ ਬਾਅਦ ਕੀ ਕੀਤਾ ਗਿਆ ਕਿ ਇਹਨੂੰ ਜਿਹੜਾ ਹੈ ਪੇਸਟ ਕਰ ਕਰਨਾ ਸਟਾਰਟ ਹੋ ਗਿਆ ਸੁਬਾ ਸ਼ੀਟ ਤੇ ਉੱਪਰ ਲਗਾ ਦਿੱਤਾ ਗਿਆ ਪੰਜਾਬੀ ਸਭਿਆਚਾਰ نیچے ਇਹਨਾਂ ਜਿਹੜੀਆਂ ਤਸਵੀਰਾਂ ਲਗਾ ਦਿੱਤੀਆਂ ਗਈਆਂ ਤੇ ਤਸਵੀਰਾਂ ਤੁਸੀਂਵੇਂ ਮਰਜੀ ਟੇਟੀਆਂ ਮੀਟੀਆਂ ਕਰਕੇ ਲਗਾ ਸਕਦੇ ਹੋ ਠੀਕ ਹੈ ਉਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿਦਾਂ ਵਧੀਆ ਤੁਹਾਨੂੰ ਲੱਗਦੀਆਂ ਨੇ ਜਾਂ ਟੀਚਰ ਕਿਦਾਂ ਨਹੀਂਆਂ ਜਿਹੜੀਆਂ ਤੁਹਾਡੇ ਤੋਂ ਡਿਮਾਂਡ ਕਰਦਾ ਹੈ ਨਾ ਕਿ ਕਿਦਾਂ ਨਹੀਂ ਮੈਨੂੰ ਸ਼ੀਟ ਜਿਹੜੀਆਂ ਤਿਆਰ ਕਰਕੇ ਦਿਓ ਤੇ ਇਦਾਂ ਤੁਸੀਂ ਜਿਹੜੀਆਂ ਇਹਨਾਂ ਨੂੰ ਕੱਟ ਕੇ ਜਿਹੜਾ ਲਗਾ ਸਕਦੇ ਹੋ ਇਹ ਦੇਖੋ ਉਸ ਤੋਂ ਬਾਅਦ ਜਿਹੜੀਆਂ ਸਟੋਰੀਕਲ ਜਿਹੜੀਆਂ ਪਲੇਸਸ ਸੀ ਉਹਨਾਂ ਨੂੰ ਵੀ ਇਦਾਂ ਜਿਹੜਾ ਕੱਟ ਦਿੱਤਾ ਗਿਆ ਤੇ ਉਹਨੂੰ ਜਿਹੜੀਆਂ ਕੋਸ਼ ਜਿਹੜੀਆਂ ਜਿਵੇਂ ਪੇਸਟ ਕਰਤੀਆਂ ਕੋਸ਼ ਜਿਹੜੀਆਂ ਪੇਸਟ ਇਹ ਜੇ ਲਗਾਈਆਂ ਨਹੀਂ ਗਈਆਂ ਆਵਲੀਆਂ ਜੋ ਪਈਆਂ ਹਨ ਉਹ ਸਿਰ ਇਕੱਟੀਆਂ ਲਗਾਈ ਨਹੀਂ ਸਿਰਫ ਕੱਟ ਕੇ ਰੱਖੀਆਂ ਹੋਈਆਂ ਨੇ ਇਹਨਾਂ ਨੂੰ ਹਜੇ ਲਗਾਉਣਾ ਹੈ ਅਗਲੀਆਂ ਨੈਕਸਟ ਜਿਹੜੀਆਂ ਤੁਹਾਨੂੰ ਮੈਂ ਸ਼ੀਟਸ ਤੇ ਜਿਹੜਾ ਦਿਖਾਵਾਂਗੇ ਤੇ ਸਿਰਫ ਇੱਕ ਕੱਟੀਆਂ ਹੋਈਆਂ ਹਨ ਕੈਂਚੀ ਦੇ ਨਾਲ ਹਨ ਸੀਜ਼ਰ ਦੇ ਨਾਲ ਇਹਨਾਂ ਨੂੰ ਕੱਟ ਇਹ ਵਾਲੀਆਂ ਮੈਂ ਲਗਾਈਆਂ ਨਹੀਂ ਗਈਆਂ ਪੰਜਾਬੀ ਦੀਆਂ ਇਹਨਾਂ ਨੂੰ ਸਿਰਫ ਕੱਟਿਆ ਗਿਆ ਹੈ ਹਜੇ ਲਗਾਉਣੀਆਂ ਇਹਨਾਂ ਨੂੰ ਸਟਾਰਟ ਕਰਨਾ ਹੈ ਤਾਂ ਸਿੱਧ ਤੁਹਾਨੂੰ ਇਹਨੂੰ ਤੁਸੀਂ ਜਿਹੜਾ ਕੈਂਚੀ ਦੇ ਨਾਲ ਜਿਹੜਾ ਇਹਨੂੰ ਜਿਹੜਾ ਕੱਟ ਦਿਓ ਤੁਸੀਂ ਹਨਾ ਇਹਦੀ ਜਿਹੜੀ ਕਟਿੰਗ ਕਰ ਦਿਓ ਇਹਨਾਂ ਦੀ ਤੁਸੀਂ ਉਹਨਾਂ ਨੇ ਲਿਖਿਆ ਨਾ ਕਟਿੰਗ ਐਂਡ ਪੇਸਟਿੰਗ ਆਪਾਂ ਕੋਈ ਵੀ ਚੀਜ਼ ਕੱਟ ਕੇ ਉਹਨੂੰ ਪੇਸਟ ਕਰਨਾ ਤਾਂ ਹੋ ਸਕਦਾ ਤੁਸੀਂ ਖੁਦ ਵੀ ਬਣਾ ਲਓ ਕਿਸੇ ਸ਼ੀਟ ਤੇ ਕੁਝ ਤੇ ਉਸ ਤੋਂ ਬਾਅਦ ਉਹਨੂੰ ਕੱਟ ਕੇ ਤੇ ਉਹਨਾਂ ਨੂੰ ਪੇਸਟ ਕਰ ਦਿਓ ਜਿਵੇਂ ਪੰਜਾਬੀ ਵਾਲੇ ਬੱਚੇ ਹੀ ਹੈ ਜਿਵੇਂ ਆਪਾਂ ਕੋਲਾਜ ਦੇ ਵਿੱਚ ਬਣਾਇਆ ਸੀ ਲਿੱਪੀ ਚੇਨ ਉਦਾਂ ਦੇ ਤੁਸੀਂ ਬਣਾ ਸਕਦੇ ਹੋ ਸ਼ੀਟ ਤੇ ਤੇ ਸ਼ੀਟ ਤੇ ਬਣਾਉਣ ਤੋਂ ਬਾਅਦ ਉਹਨੂੰ ਸੀਜ਼ਰ ਦੇ ਨਾਲ ਉਹਨੂੰ ਜਿਹੜਾ ਕੱਟ ਕੇ ਤੇ ਉਹਨੂੰ ਜਿਹੜਾ ਪੇਸਟ ਵੀ ਕਰ ਸਕਦੇ ਹੋ ਤੁਸੀਂ ਉਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿਦਾਂ ਬਣਾਉਨੇ ਆ ਇਹ ਪੇਸਟ ਨਹੀਂ ਕੀਤੀਆਂ ਗਈਆਂ ਸਿਰਫ ਇਹ ਜੇ ਕੱਟ ਕੇ ਰੱਖੀਆਂ ਹੀ ਗਈਆਂ ਨੇ ਇਹ ਵੀ ਇਦਾਂ ਨੇ ਹੁਣ ਅਗਲੀਆਂ ਤੁਸੀਂ ਸ਼ੀਟ ਦੇਖੋਗੇ ਜਿਹੜੀਆਂ ਲਗਾਈਆਂ ਗਈਆਂ ਨੇ ਆ ਦੇਖੋ ਸਾਰੀ ਸ਼ੀਟ ਤੇ ਇਹਨਾਂ ਨੂੰ ਜਿਹੜਾ ਹੈ ਲਗਾ ਦਿੱਤਾ ਗਿਆ ਇਹਨਾਂ ਨੂੰ ਪੂਰਾ ਇੱਕ ਸੈਟਿੰਗ ਦੇ ਨਾਲ ਜ਼ਰੂਰੀ ਹੈ ਤੁਸੀਂ ਇਦਾਂ ਸਿੱਧੀਆਂ-ਸਿੱਧੀਆਂ ਕਰਦੇ ਨਹੀਂ ਨੂੰ ਤੁਸੀਂ ਜਿਵੇਂ ਮਰਜ਼ੀ ਨੂੰ ਗੁਲਾਈ ਦੇ ਵਿੱਚ ਇਹਨੂੰ ਥੋੜਾ ਡਿਜ਼ਾਈਨਿੰਗ ਦੇ ਵਿੱਚ ਨੂੰ ਤੁਸੀਂ ਲਗਾ ਸਕਦੇ ਆ ਕਟਿੰਗ ਕਰਨੀ ਹੈ ਆਪਾਂ ਕਿਸੇ ਚੀਜ਼ ਨੂੰ ਕੱਟਣਾ ਹੈ ਤੇ ਉਹਨੂੰ ਜਿਹੜਾ ਪੇਸਟ ਕਰਨਾ ਕੁਝ ਵੀ ਆਪਾਂ ਕੱਟ ਕੇ ਲਗਾ ਸਕਦੇ ਹਾਂ ਉਸ ਤੋਂ ਬਾਅਦ ਜੋ ਪੰਜਾਬੀ ਦੀਆਂ ਸੀ ਉਹ ਵੀ ਦੇਖੋ ਤੁਸੀਂ ਇਹਨਾਂ ਨੂੰ ਜਿਹੜਾ ਕੱਟਿਆ ਸੀ ਇਹਦੇ ਇਹਨਾਂ ਨੂੰ ਹੁਣ ਜਿਹੜਾ ਪੇਸਟ ਕਰ ਦਿੱਤਾ ਗਿਆ ਕਿਉਂਕਿ ਇਹ ਸਾਰਾ ਪੰਜਾਬੀ ਸਬਜੈਕਟ ਦੇ ਨਾਲ ਸੰਬੰਧਿਤ ਪੰਜਾਬੀ ਸਲਿੱਪਸ ਦੇ ਨਾਲ ਸੰਬੰਧਿਤ ਹੈ ਸਾਈਡ ਤੇ ਉਦਾਂ ਹੀ ਜਿਹੜੀ ਕਲਰਫੁੱਲ ਜਿਹੜੀ ਟੇਪ ਲਗਾਈ ਗਈ ਹੈ ਤੇ ਸੈਲੋਟੇਪ ਹੈ ਕਲਰਫੁੱਲ ਤੇ ਲਗਾਈ ਗਏ ਕਲਰ ਵੀ ਕਰ ਸਕਦੇ ਹੋ ਇਹਦੇ ਨਾਲ ਤੁਹਾਡੀਆਂ ਜਿਹੜੀਆਂ ਦੋ ਸ਼ੀਟਾਂ ਤਿਆਰ ਹੋ ਗਈਆਂ ਤੇ ਇਹ ਜਿਹੜੀਆਂ ਦੋ ਜਿਹੜੀਆਂ ਕਟਿੰਗ ਫੇਟੀਆਂ ਜਿਹੜੀਆਂ ਕਟਿੰਗ ਪੇਸਟਿੰਗ ਦੀਆਂ ਜਿਹੜੀਆਂ ਤੁਸੀਂ ਦੋ ਸ਼ੀਟਾਂ ਤਿਆਰ ਕਰਨੀਆਂ ਤੁਸੀਂ ਆਪਣੇ ਟੀਚਿੰਗ ਸਬਜੈਕਟ ਦੇ ਨਾਲ ਸੰਬੰਧ ਤਿਆਰ ਕਰਨੀਆਂ ਨੇ ਇਹ ਇਹ ਨਾ ਹੋਵੇ ਤੁਸੀਂ ਪੰਜਾਬੀ ਵਾਲੀਆਂ ਜਿਹੜੀਆਂ ਜਿਹੜੀ ਸ਼ੀਟ ਹੈ ਉਹ ਇੰਗਲਿਸ਼ ਵਾਲੇ ਬੱਚੇ ਵੀ ਲਗਾਈ ਜਾ ਰਹੀ ਹੈ ਇਦਾਂ ਨਹੀਂ ਕਰਨਾ ਤੁਸੀਂ ਆਪਣੇ ਆਪਣਾ ਮਾਈਂਡ ਦੀ ਵਰਤੋਂ ਕਰਨੀ ਕਿ ਤੁਹਾਡਾ ਜਿਹੜਾ ਸਬਜੈਕਟ ਹੈ ਤੁਸੀਂ ਉਹਦੇ ਨਾਲ ਹੀ ਸਬੰਧਤ ਲਗਾਉਂਗੇ ਕਿਉਂਕਿ ਕੱਲ ਨੂੰ ਜਦੋਂ ਵੀ ਤੁਸੀਂ ਜਾ ਕੇ ਬੀਏ ਤੁਹਾਡੀ ਕੰਪਲੀਟ ਹੋ ਜੀ ਜਾਂ ਜਦੋਂ ਵੀ ਜੇਕਰ ਤੁਸੀਂ ਜੌਬ ਕਰਦੇ ਹੋ ਕੱਲ ਨੂੰ ਜਾ ਕੇ ਕਿ ਤੁਹਾਨੂੰ ਗਵਰਨਮੈਂਟ ਜੌਬ ਮਿਲ ਜਾਂਦੀ ਹੈ ਜਾਂ ਤੁਸੀਂ ਪ੍ਰਾਈਵੇਟ ਕਰਦੇ ਤੁਸੀਂ ਆਪਣਾ ਟੀਚਿੰਗ ਸਬਜੈਕਟ ਹੀ ਪੜਾਉਂਗੇ ਨਾ ਤਾਂ ਫਿਰ ਤੁਸੀਂ ਆਪਣੇ ਟੀਚਿੰਗ ਸਬਜੈਕਟ ਦੇ ਨਾਲ ਹੀ ਸਬੰਧਤ ਜਿਹੜੀਆਂ ਸਾਰੀ ਬੀਏਡ ਦੇ ਵਿੱਚ ਜਿੰਨੇ ਵੀ ਪ੍ਰੈਕਟੀਕਲ ਹੋਗੇ ਤੁਸੀਂ ਆਪਣੀ ਟੀਚਿੰਗ ਸਬਜੈਕਟ ਨਾਲ ਸਬੰਧਤ ਜਿਹੜੀਆਂ ਚੀਜ਼ਾਂ ਹੀ ਤੁਸੀਂ ਉਨਨ ਉਹਨਾਂ ਨੂੰ ਬਣਾਇਆ ਕਰੋਗੇ ਠੀਕ ਹੈ ਜਾਂ ਕੱਟ ਪੇਸਟ ਕਟਿੰਗ ਪੇਸਟਿੰਗ ਕਰਿਆ ਕਰੋਗੇ ਜਿੱਦਾਂ ਵੀ ਹੋਊਗਾ ਪ੍ਰੈਕਟੀਕਲ ਉਹ ਤੁਸੀਂ ਆਪਣੇ ਟੀਚਿੰਗ ਸਬਜੈਕਟ ਜੇ ਤੁਸੀਂ ਫੋਕਸ ਹੀ ਕਰਨਾ ਹੈ ਇਹ ਪੰਜਾਬੀ ਦਾ ਤੇ ਐਸਐਸ ਦਾ ਸੀ ਤੁਸੀਂ ਇਦਾਂ ਜਿਹੜੀਆਂ ਇਦਾਂ ਵੀ ਕਰ ਸਕਦੇ ਆ ਜੇਕਰ ਤੁਹਾਡੇ ਮਾਈਂਡ ਦੇ ਵਿੱਚ ਕੋਈ ਹੋਰ ਆਈਡੀਆ ਆਉਂਦਾ ਤਾਂ ਤੁਸੀਂ ਉਹਨਾਂ ਦਾ ਵੀ ਜਿਹੜਾ ਯੂਜ਼ ਕਰ ਸਕਦੇ ਹੋ ਤਾਂ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਤੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਤੇ ਹੋਰ ਵੀ ਜੇਕਰ ਤੁਹਾਨੂੰ ਕੋਈ ਵੀਡੀਓ ਚਾਹੀਦੀ ਹੈ ਨਾ ਤਾਂ ਹਮ ਤਾਂ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਤਾਂ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਜਲਦ ਤੋਂ ਜਲਦ ਵੀਡੀਓ ਨੂੰ ਅਪਲੋਡ ਕਰਦਾ ਥੋੜੇ ਜਿਹਾ ਟਾਈਮ ਜਿਹੜੀ ਸ਼ਾਰਟੇਜ ਹੋਣ ਦੇ ਕਾਰਨ ਜਿਹੜੀਆਂ ਵੀਡੀਓ ਜਲਦੀ ਜੜੀਆਂ ਅਪਲੋਡ ਨਹੀਂ ਕੀਤੀਆਂ ਜਾ ਪਾ ਕਿਤੀਆਂ ਜਾ ਰਹੀਆਂ ਸੋ ਮੈਂ ਟਰਾਈ ਕਰਾਂਗੀ ਜਲਦ ਤੋਂ ਜਲਦ ਜਿਹੜੀਆਂ ਵੀਡੀਓ ਤੁਹਾਨੂੰ ਜਿਹੜੀਆਂ ਅਪਲੋਡ ਕਰਦੀ ਜਾਵਾਂ ਕੁਐਸਚਨ ਪੇਪਰਸ ਜਿਹੋ ਉਹ ਵੀ ਵੀਡੀਓ ਤੁਹਾਨੂੰ ਜਿਹੜੀ ਹੁਣ ਨਵੀਂ ਅਪਲੋਡ ਕਰ ਦਿੱਤੀ ਕਿ ਜਿਸ ਦੇ ਵਿੱਚ ਮੈਥ ਤੇ ਸਾਇੰਸ ਦੇ ਕੁਐਸਚਨ ਸੀ ਹੋਰ ਵੀ ਜੇਕਰ ਤੁਹਾਨੂੰ ਕੋਈ ਵੀਡੀਓ ਚਾਹੀਦੀਆਂ ਕਿਸੇ ਟੌਪਿਕ ਦੇ ਨਾਲ ਸੰਬੰਧਿਤ ਆ ਉਹ ਮੈਨੂੰ ਦੱਸ ਕੇ ਰੋ ਜੀ ਧੰਨਵਾਦ ਜੀ